ਰੋਗ ਕੁਛ ਬਹਿ ਜਾ ਰਹੇ ਨੇ, ਪਤਾ ਨਹੀਂ ਕਾਰਨ ਕਿਆ, ਇਹ ਬਿਮਾਰੀਆਂ ਕਿਸ ਗੱਲ ਤੋਂ ਵੱਧ ਰਹੀਆਂ ਨੇ, ਅਡਲਟਰੇਸ਼ਨ ਹੈ ਜਾਂ ਕੋਈ ਹੋਰ ਚੀਜ਼ ਹੈ, ਜਾਂ ਲਾਈਫ ਐਕਸਪੈਕਟੈਂਸੀ ਸਮਝ ਲਓ ਉਹ ਬਹੁਤ ਜ਼ਿਆਦਾ ਹੋ ਗਈ। ਤਾਂ ਇਸ ਕਰਕੇ ਇਹ ਜ਼ਰੂਰੀ ਸੀ ਕਿ ਅਸੀਂ ਜ਼ਿਆਦਾ ਕਵਰ ਕਰੀਏ, ਤਾਂ ਕਿ ਸਾਰੇ ਸਾਡੇ ਪਰਿਵਾਰ ਉਹ ਜਿਹੜੇ ਆਪਣੇ ਆਪ ਨੂੰ, ਆਪਣੀ ਸਿਹਤ ਨੂੰ, ਆਪਣੇ ਪਰਿਵਾਰ ਦੀ ਸਿਹਤ ਨੂੰ ਨਹੀਂ ਸੰਭਾਲ ਸਕਦੇ, ਉਹਨਾਂ ਦਾ ਅਸੀਂ ਕੁਛ ਹਿੱਸਾ ਪਾਈਏ। ਇਹ ਕੀਤਾ ਹੋਇਆ ਅੱਜ ਰਾਜੀਵ ਜੀ ਦੇ ਜਨਮ ਦਿਹਾੜੇ 'ਤੇ, ਇਸ ਲਈ ਕਿਉਂਕਿ ਇਹ ਜਿਹੜੀ ਹਿੰਦੁਸਤਾਨ ਦੇ ਵਿੱਚ ਇਹ ਇੱਕ ਲਹਿਰ ਚਲਾਈ ਸੀ ਜਿਹਦੀ ਇਨਵੈਸਟਮੈਂਟ ਵਧਾਉਣ ਵਾਸਤੇ, ਵਿਦੇਸ਼ਾਂ ਤੋਂ ਕੰਪਨੀਆਂ ਲਿਆਉਣ ਵਾਸਤੇ ਦੂਰ ਦੇਸ਼ ਸੋਚ ਚੱਲ ਕੇ, ਇਹ ਇੱਕ ਸ਼ਖਸ ਹੈ ਸਾਡੇ ਪ੍ਰਧਾਨ ਮੰਤਰੀ ਜਿਹਨਾਂ ਨੇ ਇਹ ਗੱਲਾਂ ਕੀਤੀਆਂ ਸੀ। ਮੈਨੂੰ ਯਾਦ ਹੈ ਉਹ ਦਿਨ, ਅੱਜ ਸ਼ੁਰੂਆਤ ਹੋ ਗਈ ਕਿ 76% ਪੰਜਾਬ ਜਿੱਥੇ ਮਰਜ਼ੀ ਜਾਵੇ ਹਸਪਤਾਲਾਂ ਦੀ ਲਿਸਟ ਹੈ ਸਾਡੇ ਕੋਲ, ਪ੍ਰਾਈਵੇਟ ਹੋਸਪਿਟਲ ਦੀ ਵੀ, ਗਵਰਨਮੈਂਟ ਹੋਸਪਿਟਲ ਦੀ ਵੀ, ਔਰ ਤੁਸੀਂ ਉੱਥੇ ਜਾਓ ਔਰ ਉੱਥੇ ਆਪਣਾ ਕਾਰਡ ਦਿਖਾਓ, ਅਗਰ ਕਾਰਡ ਕੋਈ ਘਰ ਭੁੱਲਿਆ ਹੋਵੇ ਦੱਸ ਦਿਓ, ਉੱਥੇ ਬੰਦੇ ਬੈਠੇ ਨੇ ਮਦਦ ਕਰਨ ਵਾਸਤੇ, ਔਰ ਥੋੜ੍ਹੀ ਉੱਥੇ ਬਗੈਰ ਕੋਈ ਪੈਸੇ ਦਿੱਤੇ ਜਾਂ ਬਗੈਰ ਕੋਈ ਜਿਹੜੀ ਬੀਮਾ ਹੋ ਰਹੀ ਉਹਦੇ ਪੈਸੇ ਤੁਹਾਨੂੰ ਦੇਣੇ, ਕੋਈ ਪੰਜਾਬ ਨੂੰ ਦੇਣ ਦੀ ਲੋੜ ਨਹੀਂ, ਪੰਜਾਬ ਸਰਕਾਰ ਦੇ ਰਹੀ। ਅਸੀਂ ਇਹਦੀ ਇੰਸ਼ੋਰੈਂਸ ਵਾਸਤੇ 333 ਕਰੋੜ ਰੁਪਈਆ ਲੱਗਣਾ ਜੋ ਸਾਡੇ ਵੱਲੋਂ ਜਾਣਾ ਪੰਜਾਬ ਵੱਲੋਂ, ਉਹਦੇ ਵਿੱਚੋਂ 17% 57 ਕਰੋੜ ਆ ਰਹੀ ਹੈ ਸੈਂਟਰ ਚੋਂ ਜੋ ਪਹਿਲਾਂ ਦੇ ਚੁੱਕੇ ਨੇ, ਔਰ 83% 2076 ਕਰੋੜ ਅਸੀਂ ਪਾ ਰਹੇ ਹਾਂ ਵਿੱਚ ਤੁਹਾਡੀ ਬੀਮਾ ਕਰਾਉਣ ਵਾਸਤੇ ਪੰਜਾਬ ਗਵਰਨਮੈਂਟ। ਸੋ ਅੱਜ ਇਹ ਖੁਸ਼ੀ ਦਾ ਦਿਨ ਹੈ ਕਿ ਗਰੀਬ ਤੋਂ ਗਰੀਬ ਪਰਿਵਾਰ 5 ਲੱਖ ਇੱਕ ਸਾਲ 'ਚ ਆਪਣੇ ਪਰਿਵਾਰ ਦੀ ਜਾ ਕੇ ਦੇਖਭਾਲ ਕਰਵਾ ਸਕਦਾ ਕਿਸੇ ਵੀ ਹੋਸਪਿਟਲ, ਜੋ ਦੱਸਿਆ ਲਿਸਟ ਦੇ ਵਿੱਚ 200 ਕੁਛ ਨੇ ਮੇਰਾ ਖਿਆਲ ਰੱਖਾਂ, ਤਾਂ ਸਰਕਾਰੀ ਸਰਕਾਰ ਨੂੰ ਮੇਰਾ 450-200 ਕੁਛ ਨੇ ਪ੍ਰਾਈਵੇਟ, ਬਾਕੀ ਗਵਰਨਮੈਂਟ ਹੋਸਪਿਟਲ, ਔਰ ਉੱਥੇ ਜਾਓ ਔਰ ਆਪਣੀ ਔਰ ਫਿਕਰ ਨਾ ਹੋਵੇ ਰਹੇ ਕਿ ਮੈਂ ਕੀ ਕਰਵਾ, ਕੋਈ ਬਿਮਾਰ ਹੋ ਜਾਏ ਜਾਂ ਕੀ ਹੋ ਗਏ।